ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਅੱਜ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਗਣਿਤ ਵਿਸ਼ੇ ਦਾ ਮੈਥ ਵਿਸ਼ੇ ਦਾ ਮਾਡਲ ਟੈਸਟ ਪੇਪਰ ਹੱਲ ਕਰਾਂਗੇ ਜਮਾਤ 8ਵੀਂ ਲਈ ਬੇਟਾ ਤੁਹਾਨੂੰ ਪਤਾ ਹੀ ਆ ਵੀ ਤੁਹਾਡੇ ਪੇਪਰ ਆ ਜਿਹੜੇ 20 ਤਰੀਕ ਤੋਂ ਸ਼ੁਰੂ ਹੋ ਰਹੇ ਨੇ ਠੀਕ ਹੈ ਟਰਮ 1 ਪ੍ਰੀਖਿਆ ਤੇ ਮੈਨੂੰ ਉਮੀਦ ਆ ਵੀ ਤੁਸੀਂ ਇਹਨਾਂ ਪੇਪਰਾਂ ਦੀ ਤਿਆਰੀ ਹੈ ਜਿਹੜੀ ਉਹ ਬਹੁਤ ਵਧੀਆ ਢੰਗ ਨਾਲ ਕੀਤੀ ਵੀ ਹੋਏਗੀ ਠੀਕ ਹੈ ਤੇ ਅਗਰ ਤੁਹਾਨੂੰ ਕੋਈ ਲੱਗਦੀ ਆ ਪ੍ਰੋਬਲਮ ਠੀਕ ਆ ਤੁਸੀਂ ਆਪਣੇ ਅਧਿਆਪਕ ਸਾਹਿਬਾਨ ਨਾਲ ਡਿਸਕਸ ਕੀਤੀ ਹੋਣੀ ਹੈ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਇੱਕ ਮਾਡਲ ਟੈਸਟ ਪੇਪਰ ਹੱਲ ਕਰਾਂਗੇ ਜਿਹਦੇ ਥਰੂ ਤੁਹਾਨੂੰ ਇਹ ਪਤਾ ਲੱਗ ਜਾਏਗਾ ਵੀ ਤੁਹਾਨੂੰ ਜਿਹੜਾ ਕੱਲ ਪੇਪਰ ਹੋਣਾ ਹੈ ਉਸ ਦੇ ਵਿੱਚ ਕਿਹੋ ਜਿਹੇ ਕੁਐਸਚਨ ਆ ਜਿਹੜੇ ਤੁਹਾਨੂੰ ਪੁੱਛੇ ਜਾ ਸਕਦੇ ਆ ਠੀਕ ਹੈ ਬੇਟਾ ਕੁਐਸਚਨ ਹੱਲ ਕਰਨ ਦੇ ਨਾਲ ਨਾਲ ਕੁਐਸਚਨ ਨੂੰ ਹੱਲ ਕਰਨ ਦੀ ਤਕਨੀਕ ਤੁਸੀਂ ਜ਼ਰੂਰ ਸਿੱਖਣੀ ਹੈ ਢੰਗ ਸਿੱਖਣਾ ਸਪੀਡ ਵੀ ਰੱਖਣੀ ਹੈ ਪੁੱਤ ਠੀਕ ਹੈ ਕਈ ਵਾਰੀ ਕੀ ਹੁੰਦਾ ਆਪਾਂ ਨੂੰ ਪ੍ਰਸ਼ਨ ਆਉਂਦੇ ਹੁੰਦੇ ਆ ਪਰ ਆਪਣੀ ਸਪੀਡ ਉਨੀ ਨਹੀਂ ਹੁੰਦੀ ਕਿ ਆਪਣਾ ਪੇਪਰ ਰਹਿ ਜਾਂਦਾ ਠੀਕ ਹੈ ਸਪੀਡ ਵੀ ਰੱਖਣੀ ਹੈ ਤੇ ਸਹੀ ਤਰੀਕੇ ਨਾਲ ਹੱਲ ਵੀ ਕਰਨਾ ਹੈ ਠੀਕ ਹੈ ਬੇ ਚਲੋ ਸਟਾਰਟ ਕਰਦੇ ਆਂ ਆਪਣੀ ਅੱਜ ਦੀ ਵੀਡੀਓ ਪਹਿਲਾ ਪ੍ਰਸ਼ਨ ਹੈ ਸਾਡਾ -13/19 ਦਾ ਗੁਣਾਤਮਕ ਉਲਟ ਦੱਸੋ ਮਲਟੀਪਲੀਕੇਟਿਵ ਇਨਵਰਸ ਆਫ -13/19 ਕੀ ਹੋਊਗਾ ਵੀ ਉਲਟਾ ਦੇਣਾ ਕਿੰਨਾ ਆਜੂਗਾ -19/13 ਸੀ ਆਪਸ਼ਨ ਆਜੂਗੀ ਖਾਲੀ ਥਾਂ ਭਰੋ -13/17 -2/7 13/17 ਹੁਣ ਦੇਖੋ ਬੇਟਾ 13/17 ਇੱਧਰ ਵੀ ਪਿਆ ਹੈ ਮਾਈਨਸ ਹੈ ਜਿਹੜੀ ਇੱਧਰ ਉਹ ਇੱਧਰ ਵੀ ਪਈ ਹੈ ਠੀਕ ਹੈ ਮਤਲਬ ਕੀ ਨਹੀਂ ਹੈਗਾ ਇੱਧਰ 2/7 ਤਾਂ ਇੱਥੇ ਕੀ ਆ ਜੂਗਾ 2/7 ਆ ਜੂਗਾ ਪਲੱਸ ਦਾ ਏ ਆਪਸ਼ਨ ਸਹੀ ਆ ਜੂਗੀ ਠੀਕ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਪਰਮੇਸ਼ ਸੰਖਿਆ ਦਾ ਉਲਟਕਰਮ ਨਹੀਂ ਹੈ ਜਿਹਦਾ ਕੋਈ ਰੈਸੀਪਰੋਕਲ ਨਹੀਂ ਹੈ ਕਿਹੜਾ ਰੈਸ਼ੀਨਲ ਨੰਬਰ ਆ ਵੀ ਜਿਹਦਾ ਕੋਈ ਉਲਟ ਨਹੀਂ ਹੈ ਜ਼ੀਰੋ ਨੈਕਸਟ 2/3 ਅਤੇ 4/5 ਦੇ ਵਿੱਚ ਕਰ ਕਿੰਨੀਆਂ ਪਰਮੇਸ਼ ਸੰਖਿਆਵਾਂ ਹਨ ਹਾਊ many ਰੈਸ਼ੀਨਲ ਨੰਬਰ ਆਰ देयर ਬਿਟਵੀਨ 2/3 ਐਂਡ 4/5 ਇਨਫਾਈਨਾਈਟ ਅਨੰਤ ਉਸ ਬਾਪੋਜ ਦਾ ਨਾਮ ਦੱਸੋ ਜਿਸ ਜਿਸ ਦੇ ਅੰਦਰੂਨੀ ਕੋਣਾਂ ਦਾ ਜੋੜਫਲ 720 ਹੋਵੇ ਸਮ ਆਫ ਇੰਟੀਰੀਅਰ ਐਂਗਲ ਆਫ ਅ ਪੋਲੀਗਨ ਇਜ਼ 720 ਨੇਮ ਆਫ ਦਾ ਪੋਲੀਗਨ ਕਿਹੜੀ ਹੈ ਵੀ ਉਹ ਹੈਕਸਾਗਨ ਸ਼ੇਪ ਜੀ ਨੈਕਸਟ ਇੱਕ ਸਮ ਬਾਪੋਜ ਦੀਆਂ ਭੁਜਾਵਾਂ ਦੀ ਗਿਣਤੀ ਦੱਸੋ ਜੇਕਰ ਹਰੇਕ ਬਾਹਰੀ ਕੋਣ ਦਾ ਮਾਪ 24 ਡਿਗਰੀ ਹੋਵੇ ਫਾਈਂਡ ਦਾ ਨੰਬਰ ਆਫ ਸਾਈਡਸ ਆਫ ਅ ਰੈਗੂਲਰ ਪੋਲੀਗਨ ਹੂਜ਼ ਐਕਸਟੀਰੀਅਰ ਐਂਗਲ ਇਜ਼ 24 ਡਿਗਰੀ ਤਾਂ ਅਸੀਂ ਕਿਵੇਂ ਭੁਜਾਵਾਂ ਕੱਢਾਂਗੇ ਇਨ 60 ਵਾਲਾ 524 ਨੂੰ ਕੀ ਕਰਾਂਗੇ ਭਾਗ ਕਰ ਦੋ ਤਾਂ 24 ਇੱਕਮ 24 12 120 ਹੋ ਜਾਊਗਾ 24 ਬਣ 120 ਹੁੰਦਿਆ ਤੇ ਇਹਨੂੰ ਘੱਟ ਕੇ ਕਿੰਨਾ ਆਜੂਗਾ 15 ਪੰਜਾਮਾਂ ਦੀ ਸੰਖਿਆ ਕਿੰਨੀ ਆਜੂਗੀ ਵੀ 15 ਬੀ অপਸ਼ਨ ਜੀ ਅਗਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਇਨਕਰੈਕਟ ਸਮਾਂਤਰ ਚਤੁਰਭੁਜ ਦੀਆਂ ਅੰਤੋ ਸਮਮਣੀਆਂ ਦੇ ਪਜਾਮ ਬਰਾਬਰ ਹੁੰਦੀਆਂ ਆ ਓਪੋਜ਼ਿਟ ਸਾਈਡਸ ਆਰ ਪੈਰਲੋਗ੍ਰਾਮ ਆਰ ਇਕੁਅਲ ਇਹ ਸਹੀ ਹੈ ਨੈਕਸਟ ਸਮਾਂਤਰ ਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਨੇ ਡਾਇਗੋਨਲ ਆਫ ਪੈਰਲੋਗ੍ਰਾਮ ਬਾਈਸੈਕਟ ਈਚ ਅਦਰ ਇਹ ਵੀ ਸਹੀ ਹੈ ਸਾਰੇ ਆਇਤ ਸਮਾਂਤਰ ਚਤੁਰਭੁਜ ਨਹੀਂ ਹੁੰਦੇ ਸਾਰੇ ਆਇਤ ਸਮਾਂਤਰ ਚਤੁਰਭੁਜ ਨਹੀਂ ਹੁੰਦੇ ਔਰ ਰੈਕਟੈਂਗਲਸ ਆਰ ਨਾਟ ਪੈਰਲੋਗ੍ਰਾਮ ਸਾਰੇ ਆਇ ਸਮਾਂਤਰ ਚਤੁਰਭੁਜ ਹੁੰਦੇ ਹਨ ਇਹ ਸਟੇਟਮੈਂਟ ਗਲਤ ਹੋ ਗਈ ਤਾਂ ਸਹੀ ਆਪਸ਼ਨ ਸਾਡੀ ਇਧਰਲੀ ਸੀ ਆਉ ਜੇਕਰ ਕਿਸੇ ਸੰਖਿਆ ਦਾ ਇਕਾਈ ਅੰਕ 8 ਹੋਵੇ ਤਾਂ ਉਸ ਦੇ ਵਰਗ ਦਾ ਇਕਾਈ ਅੰਕ ਕੀ ਹੋਏਗਾ ਬਹੁਤ ਇੰਪੋਰਟੈਂਟ ਆ ਵੀ ਇਫ ਯੂਨਿਟ ਡਿਜੀਟ ਆਫ ਅ ਨੰਬਰ ਇਜ਼ 8 ਦੈਨ ਵਾਟ ਵਿਲ ਬੀ ਦਾ ਯੂਨਿਟ ਡਿਜੀਟ ਆਫ ਸਕੁਅਰ ਆਫ ਦਿਸ ਨੰਬਰ ਤਾਂ ਸੇ ਯੂਨਿਟ 8 ਦਿੱਤੀ ਹੈ 8 ਨੂੰ 8 ਨਾਲ ਗੁਣਾ ਕਰਦਾਂਗੇ ਕਿੰਨਾ ਆ ਜੂਗਾ 64 ਇਹਦੀ ਲਾਸਟ ਅੰਕ ਕੀ ਹੈ ਵੀ 4 ਤਾਂ 4 ਆਊਗਾ ਡੀ অপਸ਼ਨ ਲੇਖ ਲਿਖਿਆ ਵਿੱਚੋਂ ਕਿਹੜਾ ਪੂਰਨ ਵਰਗ ਨਹੀਂ ਹੈ ਵਿਚ ਆਫ ਦਾ ਫਾਲ ਇਜ਼ ਨੋਟ ਆ ਪਰਫੈਕਟ ਸਕੁਅਰ ਨੰਬਰ ਤਾਂ ਕਿਹੜਾ ਨਹੀਂ ਆ ਵੀ 600 74 ਇਹਨਾਂ ਦੇ ਵਿੱਚੋਂ ਪਰਫੈਕਟ ਸਕੁਅਰ ਨੰਬਰ ਨਹੀਂ ਹੈ ਠੀਕ ਹੈ ਬਾਕੀ ਸਾਰੇ ਪਰਫੈਕਟ ਸਕੁਅਰ ਨੰਬਰ ਹਨ ਪੂਰਨ ਵਰਗ ਸੰਖਿਆਵਾਂ ਹਨ 13 ਦੇ ਵਰਗ ਅਤੇ 14 ਦੇ ਵਰਗ ਵਿਚਕਾਰ ਕਿੰਨੀਆਂ ਪਰਮੇਸ਼ ਸੰਖਿਆਵਾਂ ਹਨ ਹਾਊ ਮੈਨੀ ਨੈਚੁਰਲ ਨੰਬਰ ਆਰ देयर ਬਿਟਵੀਨ ਸਕੁਅਰਸ ਆਫ 13 ਐਂਡ 14 ਕਿੰਨੀਆਂ ਹੋਣਗੀਆਂ ਵੀ ਜਿਹੜੀ ਛੋਟੀ ਆ ਉਹਨੂੰ ਦੋਨਾਂ ਗੁਣਾ ਕਰਦਾਂਗੇ 13 ਦੁਨੀ 26 ਹੋਣੀ ਹੈ ਡੀ অপਸ਼ਨ ਇਸ ਦਾ ਵਰਗਮੂਲ ਪਤਾ ਕਰੋ ਫਾਈਂਡ ਦਾ ਸਕੁਅਰ ਰੂਟ ਆਫ ਤਾਂ ਅਸੀਂ ਵੰਡ ਵਿਧੀ ਨਾਲ ਇਹ ਸੌਖਾ ਤਰੀਕਾ ਸਾਡਾ ਇਹ ਹੈ ਵੰਡ ਵਿਧੀ ਤਾਂ 2 2 ਦੇ ਪਹਿਲਾਂ ਜੋਟੇ ਬਣਾ ਲਓ 72 ਬਣ ਗਿਆ ਅਗਰ 9 ਤੇ ਲੱਗੇ ਜਾਵਾਂਗੇ 9 9 81 ਹੋ ਜਾਊ 8 ਤੇ ਲੈ ਜਾਵਾਂਗੇ ਤਾਂ 8 8 64 ਹੋ ਜਾਊਗਾ 12 4 ਕੱਢ ਦਾਂਗੇ 8 ਆ ਜਾਊਗਾ ਠੀਕ ਹੈ 825 ਅੱਗੇ ਇਹਨੂੰ ਦੁੱਗਣਾ ਕਰਾਂਗੇ 16 ਆ ਜਾਊਗਾ ਠੀਕ ਹੈ ਤਾਂ ਹੁਣ 5 ਹੀ ਲਾ ਦਿੰਨੇ ਆ ਮਗਰ 5 ਨਾਲ ਹੀ ਗੁਣਾ ਕਰ ਦਾਂਗੇ ਤਾਂ 165 ਨੂੰ 5 ਨਾਲ ਗੁਣਾ ਕਰਾਂਗੇ ਸਾਡੇ ਕੋਲ 825 ਆ ਜਾਊਗਾ ਠੀਕ ਹੈ ਮਤਲਬ ਕਿੰਨਾ ਇਹਦਾ ਵਰਗਮੂਲ ਆ ਜਾਊਗਾ ਵੀ 85 A ਆਪਸ਼ਨ ਨੈਕਸਟ ਹੈ ਸਮਾਂਤਰ ਚਤੁਰਭੁਜ ਦੇ ਲਾਗਮਿਕ ਕੋਣਾਂ ਦਾ ਅਨੁਪਾਤ 3:2 ਹੈ ਲਾਗਮਿਕ ਕੋਣਾਂ ਦਾ ਮਾਪ ਕੀ ਹੈ ਰੇਸ਼ਿਓ ਆਫ ਅਡਜਸੈਂਟ ਐਂਗਲ ਆਫ ਅ ਪੈਰਲੋਗ੍ਰਾਮ ਇਜ਼ 3:2 ਫਾਈਂਡ ðiਜ਼ ਐਂਗਲਸ ਹੁਣ ਜੇ ਸਾਨੂੰ ਅਨੁਪਾਤ ਦਿੱਤਾ ਹੋਵੇ ਰੇਸ਼ਿਓ ਦਿੱਤਾ ਹੋਵੇ ਤਾਂ ਅਸੀਂ ਕੋਈ ਵੇਰੀਏਬਲ ਉਹਨਾਂ ਨਾਲ ਮਲਟੀਪਲਾਈ ਕਰ ਲਾਂਗੇ ਕੋਈ ਚਲਣਾ ਗੁਣਾ ਕਰ ਦਾਂਗੇ 3x 2x ਮੰਨ ਲਾਂਗੇ ਲਾਗਮਿਕ ਕੋਣ ਨੇ ਸਮਾਂਤਰ ਚਤੁਰਭੁਜ ਦੇ ਤਾਂ ਇਹਨਾਂ ਦਾ ਜੋੜ ਆ ਜਿਹੜਾ ਉਹ ਕਿੰਨਾ ਹੋਊਗਾ 180 ਹੋਊਗਾ 3x ਤੇ 2x 180 3+2 5x 180 ਦੇ x 180 5 ਤਾਂ 5 3 15 ਠੀਕ ਹੈ 3 ਬਚ ਗਏ 6 5 30 ਠੀਕ ਹੈ 5 3 15 3 6 18 30 36 x ਸਾਡੇ ਕੋਲ 36 ਆ ਗਿਆ ਤਾਂ ਲਗਵੇਂ ਕੋਣਾਂ ਦਾ ਮਾਪ 36 2 72 ਤੇ 36 3 108 ਇਹ ਆ ਜਾਣਗੇ 108 ਤੇ 72 ਪਹਿਲੀ ਆਪਸ਼ਨ ਆ ਜੂ 26837 ਦੇ ਵਰਗ ਦਾ ਇਕਾਈ ਅੰਕ ਕੀ ਹੋਗਾ ਯੂਨਿਨ ਡਿਜੀਟ ਪਤਾ ਕਰਨੀ ਹੈ 26837 ਲਾਸਟ ਡਿਜੀਟ ਕੀ ਹੈ ਵੀ 7 7 ਦਾ ਵਰਗ ਕਰ ਲੋ 7 7 ਮਤਲਬ 49 ਆ ਜੂਗਾ ਲਾਸਟ ਕੀ ਹੈ 9 ਆ ਕੀ ਆਊਗਾ 9 ਅਨਸਰ ਆ ਜੂਗਾ 2744 ਦਾ ਘਣਮੂਲ ਦੱਸੋ ਫਾਈਂਡ ਦਾ ਕਯੂਬ ਰੂਟ ਆਫ ਦਿਸ ਨੰਬਰ ਤਾਂ ਅਸੀਂ ਇਹਨੂੰ ਗੁਣਨਖੰਡ ਵਿਧੀ ਰਾਹੀਂ ਪਤਾ ਕਰ ਸਕਦੇ ਹਾਂ 2 ਤੇ ਲੈ ਜਾਓ 2 1 2 3*2=6 7*2=14 2*2=4 ਫਿਰ 2 ਤੇ ਲਾਜੋ 6*2=12 ਠੀਕ ਹੈ 1 ਬਚ ਗਿਆ 8*2=16 1 ਫੇਰ ਬਚ ਗਿਆ ਠੀਕ ਹੈ 6*2 ਫੇਰ 12 ਫੇਰ 2 ਤੇ ਜਾਊਗਾ 3*2=6 4*2=8 3*2=6 7 ਤੇ ਜਾਊਗਾ 49 ਆਜੂਗਾ ਫੇਰ 7 ਤੇ ਜਾਊਗਾ 49 ਆਜੂਗਾ 759 ਹੁੰਦੀ ਹੈ ਫੇਰ 7 ਜਾਊ 1 ਆਜੂਗਾ ਮਤਲਬ 3 3 ਦੇ ਬਣ ਗਏ ਇਹਦੇ ਵਿੱਚ 2 ਨਿਕਲ ਜੂ ਇਹਦੇ ਵਿੱਚ 7 ਟੋਟਲ ਗੁਣਾ ਕਰਦਾਂ ਕਿੰਨਾ ਆਜੂਗਾ 14 ਇੰਨਾ ਦਾ ਗਣ ਮੁਲਕ ਨਾ ਜੂਗਾ ਵੀ 14 ਆ ਜੂਗਾ ਸੀ ਆਪਸ਼ਨ ਪਾਈਥਾਗੋਰਸ ਤ੍ਰਿਕੋਟ ਦੇ ਬਾਕੀ ਮੈਂਬਰ ਕੀ ਹਨ ਜਿਸ ਦਾ ਇੱਕ ਮੈਂਬਰ 14 ਹੈ ਇੱਕ ਮੈਂਬਰ 14 ਹੈ ਪਾਈਥਾਗੋਰਸ ਤ੍ਰਿਕੋਟ ਕਿਸ ਕਿਸ ਦੇ ਬਰਾਬਰ ਕੱਢਦੇ ਹੁੰਦੇ ਹਨ 2m m ਦਾ ਵਰਗ 1 m ਦਾ ਵਰਗ 1 ਹੁਣ ਜਿਹੜਾ ਸਾਨੂੰ ਦਿੱਤਾ ਹੁੰਦਾ ਉਹ ਸਾਨੂੰ 2m ਦਿੱਤਾ ਹੁੰਦਾ 2m 14 ਦੇ ਤਾਂ m 7 ਦੇ ਠੀਕ ਹੈ ਤਾਂ ਕਿ ਮੈਨੂੰ ਕੜੂ 7 ਦਾ ਵਰਗ ਦੇ ਵਿੱਚੋਂ ਘਟਾ ਦਿਓ 7 ਦਾ ਵਰਗ 1 ਮਤਲਬ 49 1 ਜਾਨੀ ਕਿ 48 1 ਹੈਗਾ m² 1 7 ਦਾ ਵਰਗ 1 49 1 मतलब ਕਿੰਨਾ 50 ਠੀਕ ਹੈ ਇਹ ਆ ਜੂਗਾ 48 ਤੇ 50 ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਅ ਕਰੈਕਟ ਕਿਸੇ ਵੀ ਜਿਤ ਸੰਖਿਆ ਦਾ ਘਣ ਟਾਂਕ ਹੁੰਦਾ ਹੈ ਇਹ ਗਲਤ ਹੈ ਕਿਸੇ ਵੀ ਟਾਂਕ ਸੰਖਿਆ ਦਾ ਘਣ ਟਾਂਕ ਹੁੰਦਾ ਹੈ ਇਹ ਬਿਲਕੁਲ ਸਹੀ ਹੈ ਕਯੂਬ ਆਫ ਇਹ ਬੇਟਾ ਇਹਨਾਂ ਨੇ ਇੱਥੇ ਅੰਗਰੇਜ਼ੀ ਦੀ ਗਲਤ ਲਿਖ ਰਖਿਆ ਪੰਜਾਬੀ ਸਹੀ ਹੈ ਕਿਸੇ ਵੀ ਟਾਂਕ ਸੰਖਿਆ ਦਾ ਘਣ ਟਾਂਕ ਹੁੰਦਾ 5 ਮੀਟਰ ਦਾ 10 ਸੈਂਟੀਮੀਟਰ ਨਾਲ ਤੀਨ ਪਾਤ ਹੋਏਗਾ ਤਾਂ ਇੱਕ ਪਾਸੇ ਸਾਨੂੰ 5 ਮੀਟਰ ਤਾਂ ਦੂਸਰੇ ਪਾਸੇ ਸਾਨੂੰ 10 ਸੈਂਟੀਮੀਟਰ ਅਸੀਂ ਮੀਟਰ ਨੂੰ ਵੀ ਸੈਂਟੀਮੀਟਰ ਚ ਬਦਲ ਲਾਂਗੇ 1 ਮੀਟਰ ਚ 100 ਹੁੰਦੇ ਆ ਤਾਂ 5 ਮੀਟਰ ਚ ਕਿੰਨੇ ਹੋ ਜਾਣਗੇ 500 ਸੈਂਟੀਮੀਟਰ 500 ਸੈਂਟੀਮੀਟਰ ਦਾ ਅਸੀਂ 10 ਨਾਲ ਅਨੁਪਾਤ ਕਰਨਾ ਤਾਂ 500 10 0 ਨਾਲ 0 ਕੱਟੀ ਜਾਊਗੀ 50 1 ਜਾਨੀ ਕਿ 50 ਅਨੁਪਾਤ ਜਿਹੜੀ ਆਪਸ਼ਨ ਸੀ ਨੈਕਸਟ ਕੁਐਸਚਨ ਹੈ ਇੱਕ ਵਸਤੂ ਦਾ ਖਰੀਦ ਮੁੱਲ 500 ਰੁਪਏ ਹੈ ਜਿਸ ਨੂੰ 600 ਰੁਪਏ ਵਿੱਚ ਵੇਚਿਆ ਗਿਆ ਲਾਭ ਪ੍ਰਤੀਸ਼ਤ ਕਿੰਨਾ ਹੋਊਗਾ ਪਹਿਲਾਂ ਲਾਭ ਕਿੰਨਾ ਹੋਊਗਾ ਵੀ 100 ਰੁਪਏ ਪਹਿਲਾਂ ਲਾਭ ਘਟਾ ਲਓ ਕਿੰਨਾ ਹੋਊਗਾ 100 ਲਾਭ ਪ੍ਰਤੀਸ਼ਤ ਕੀ ਦੇ ਬਰਾਬਰ ਹੁੰਦਾ ਪ੍ਰੋਫਿਟ ਪਰਸੈਂਟੇਜ ਲਾਭ ਵਟਾ ਖਰੀਦ ਮੁੱਲ ਮعنی ਕਿ 100 ਵਟਾ ਖਰੀਦ ਮੁੱਲ ਕਿੰਨਾ 500 ਲਾਭ ਵਟਾ ਖਰੀਦ ਮੁੱਲ ਗੁਣਾ 100 ਇਹ ਹੁੰਦਾ ਤਾਂ ਜ਼ੀਰੋ ਨਾਲ ਜ਼ੀਰੋ ਕੱਟੀ ਜਾਣੀਆਂ 5 1 5 20 500 ਤਾਂ ਲਾਭ ਪ੍ਰਤੀਸ਼ਤ ਕਿੰਨਾ ਆ ਜੂਗਾ b ਬ੍ਰਤੀਸ਼ਤ ਠੀਕ ਹੈ b অপਸ਼ਨ नेक्स्ट 1:4 ਨੂੰ ਪ੍ਰਤੀਸ਼ਤ ਚ ਬਦਲੋ ਪਰਸੈਂਟੇਜ ਦੇ ਵਿੱਚ ਚੇਂਜ ਕਰਨਾ 1:4 ਮਤਲਬ 1/4 ਪ੍ਰਤੀਸ਼ਤ ਬਦਲਣਾ 100 ਨਾਲ ਗੁਣਾ ਕਰ ਦਾਂਗੇ 25 ਜੋਗਾ ਕਿੰਨੇ ਹੁੰਦੇ 100 ਮਤਲਬ ਕਿੰਨਾ ਬਣ ਜੂਗਾ 25% a অপਸ਼ਨ ਸਹੀ ਆ ਜੂਗੀ ਜੇ ਮੂਲ ਤਨ 500 ਦਰ 2% ਸਮਾਂ 3 ਸਾਲ ਹੋਵੇ ਸਧਾਰਨ ਵਿਆਜ ਪਤਾ ਕਰੋ ਹੁਣ ਵਿਆਜ ਕਿਹਦੇ ਬਰਾਬਰ ਹੁੰਦਾ ਵੀ ਇੰਟਰਸਟ ਕਿਹਦੇ ਬਰਾਬਰ ਹੁੰਦਾ ਪ੍ਰਿੰਸੀਪਲ ਰੇਟ ਇੰਟੂ ਟਾਈਮ ਮੁਲਤਾਨ ਗੁਣਾ ਦਰ ਗੁਣਾ ਸਮਾਂ 100 ਮੁਲਤਾਨ 2 ਦਰ 2 ਸਮਾਂ 3 ਸਾਲ 100 ਮੁਲਤਾਨ ਗੁਣਾ ਦਰ ਗੁਣਾ ਸਮਾਂ 100 ਤਾਂ 0 ਨੂੰ 0 ਕੱਟਿਆ ਨਹੀਂ ਗਿਆ 5 2 10 10 ਦੀ ਆ 30 30 ਵੀ ਵੀ ਆਪਸ਼ਨ ਸਹੀ ਆ ਜੂਗੀ ਨੈਕਸਟ ਜਿਹੜੀਆਂ ਲਿਕਾਂ ਵਿੱਚੋਂ ਕਿਹੜੇ ਸਮਾਨ ਪਦ ਹਨ ਵਿਚ ਆਫ ਦਾ ਫੋਲੋਇੰਗ ਆਰ ਲਾਈਕ টারਮਸ ਕਿਹੜੇ ਲਾਈਕ টারਮਸ ਨੇ ਵੀ ਡੀ ਆਪਸ਼ਨ ਕਿਉਂਕਿ ਇਹਦੇ ਵਿੱਚ ਵੀ ਵੇਰੀਏਬਲ ਸੇਮ ਨੇ MN ਇਹਦੇ ਵਿੱਚ ਵੀ MN ਹੈ ਠੀਕ ਹੈ ਦਿੱਤੇ ਗਏ ਸਮਾਂਤਰ ਚਤਰਭੁਜ Z ਦਾ ਮੁੱਲ ਪਤਾ ਕਰੋ ਫਾਇੰਡ ਦਾ ਵੈਲਿਊ ਆਫ Z ਇਹ ਬੇਟਾ ਜਿਹੜੇ ਕੋਣ ਬਣਦੇ ਨੇ ਇਹ ਵਾਲੇ ਕੋਣ ਇਸ ਸੰਗਤ ਕੋਣ ਨੇ ਕੋਰਸਪੋਂਡਿੰਗ ਐਂਗਲ ਨੇ ਤਾਂ ਬਰਾਬਰ ਹੋਣਗੇ Z ਵੀ ਕਿੰਨਾ ਹੋਊਗਾ 80 ਜੇ ਸਾਨੂੰ Y ਪੁੱਛਦੇ ਉਹ ਵੀ 80 ਹੋ ਜਾਣਾ ਸੀ ਕਿਉਂਕਿ ਆਮੋ ਸਾਹਮਣੇ ਦੇ ਕੋਣ ਵੀ ਇਹਦੇ ਵਿੱਚ ਬਰਾਬਰ ਹੁੰਦੇ ਆ ਜੇ ਸਾਨੂੰ X ਪੁੱਛਦੇ ਇਹਨਾਂ ਦਾ ਜੋੜ 180 ਹੁੰਦਾ X ਕਿੰਨਾ ਹੋਣਾ ਸੀ 100 ਤਾਂ Z ਕਿੰਨਾ ਆਜੂ ਸਾਡਾ 80 ਆਜੂਗਾ ਨੈਕਸਟ ਗੁਣਾ ਕਰਨੀ ਆ ਪਹਿਲਾਂ ਇਹਨਾਂ ਦੋਹਾਂ ਦੀ ਗੁਣਾ ਕਰ ਲਓ 3 2 6 ਇੱਥੇ 2 ਆ ਇੱਥੇ 20 ਆ ਤਾਂ ਜੋੜ ਕਰ ਦੋ ਦੋਹਾਂ ਦਾ ਕਿੰਨਾ ਆਜੂਗਾ ਵੀ 22 6a ਦੀ 22 ਆਜੂ c ਆਪਸ਼ਨ ਸਹੀ ਆਜੂ a b² e² 2ab b² 2ab ਆਊਗਾ ਠੀਕ ਹੈ ਦਸ਼ਮਕੀ ਹੈ x 2 ਲਈ ਵਿਅੰਜਕ x x 10 x 2 ਦਾ ਮੁੱਲ ਪਤਾ ਕਰੋ ਫਾਇੰਡ ਦਾ ਵੈਲਿਊ ਆਫ ਐਕਸਪ੍ਰੈਸ਼ਨ ਫਾਰ ਵੈਲਿਊ x 2 x ਨੂੰ ਅਸੀਂ 2 ਭਰ ਦਾਂਗੇ ਵੀ ਇਹਦੇ ਵਿੱਚ ਤਾਂ x x 13 ਦਾ 2 ਜਿੱਥੇ ਵੀ x ਆ ਉੱਥੇ ਤੁਸੀਂ ਕੀ ਪੁੱਟ ਕਰ ਦਿਓ ਕੀ ਭਰ ਦਿਓ 2 ਤਾਂ ਪਹਿਲਾਂ 2 2 13 2 ਪਹਿਲਾਂ ਅਸੀਂ ਬ੍ਰੈਕਟ ਹਾਲ ਕਰਾਂਗੇ 2 ਚੋਂ 3 ਕੱਢ ਦਾਂਗੇ ਅਸੀਂ -1 ਆ ਜੂਗਾ ਤਾਂ -1 ਨੂੰ 2 ਨਾਲ ਗੁਣਾ ਕਰਾਂਗੇ ਦਾ 2 ਦਾ 2 ਅੰਤ ਵਿੱਚ ਮੈਨਾਂ 2 ਦਾ 2 ਮਤਲਬ 0 ਉੱਤਰ ਕਿੰਨਾ ਆ ਜੂਗਾ ਵੀ ਸੀ ਆਪਸ਼ਨ 0 xy minus yz yz minus zx zx minus xy ਇਹਦਾ ਸੰਪਤਾ ਕਰਨਾ ਜੋੜ ਕਰਨਾ ਹੈ ਤਾਂ ਵਿਚਾਲੇ ਜੋੜ ਪਾ ਦੋ xy yz yz zx zx xy ਤਾਂ xy ਦੀ xy ਮਾਈਨਸ ਦੀ yz ਮਾਈਨਸ zx ਮਾਈਨਸ ਮਤਲਬ ਕੰਨਾ ਆ ਜਾਊਗਾ 0 ਡੀ ਆਪਸ਼ਨ ਸਹੀ ਪੰਜ 2 -2 ਦਾ ਗੁਣਾਤਮਕ ਉਲਟ ਕੀ ਹੋਏਗਾ ਮਲਟੀਪਲੀਕੇਟਿਵ ਇਨਵਰਸ ਅਗਰ ਘਾਤ ਦੇ ਵਿੱਚ ਹਜੇ ਵੀ ਇਹ ਤੁਹਾਨੂੰ ਮਲਟੀਪਲੀਕੇਟਿਵ ਇਨਵਰਸ ਪੁੱਛਣ ਗੁਣਾਤਮਕ ਉਲਟ ਪੁੱਛਣ ਤਾਂ ਤੁਸੀਂ ਸਿਰਫ ਘਾਤ ਦੀ ਨਿਸ਼ਾਨੀ ਚੇਂਜ ਕਰ ਦੇਣੀ ਹੈ ਠੀਕ ਹੈ ਮਤਲਬ 5 ਦੀ ਘਾਤ ਕਿੰਨਾ ਹੋ ਜੂਗਾ ਇਹ 2 b ਆਪਸ਼ਨ ਸਹੀ ਹੋ ਜੂਗੀ 3 0 4 -1 2 ਦੀ ਘਾਤ 2 ਦਾ ਮੁੱਲ ਕੀ ਹੋਊਗਾ ਸਮਝਣ ਵਾਲਾ ਪ੍ਰਸ਼ਨ ਹੈ ਵੀ ਚਲੋ 2 ਦੀ ਘਾਤ 0 ਮਤਲਬ 1 4 ਦੀ ਘਾਤ -1 ਮਤਲਬ 1/4 ਉਲਟ ਜਾਊਗਾ 2 ਦੀ ਘਾਤ 2 ਮਤਲਬ 4 ਇਹਨੂੰ ਹੱਲ ਕਰੀਏ ਜੀ ਅਸੀਂ ਆਹ ਬਰੈਕਟ ਨੂੰ ਤਾਂ 4 1 4 4 ਤੇ 1 5 ਮਤਲਬ 5/4 4 4 ਨਾਲ 4 ਕੈਨਸਲ ਮਤਲਬ ਕਿੰਨਾ ਉੱਤਰ ਆ ਜਾਊਗਾ ਸਾਡਾ 5 ਠੀਕ ਹੈ ਕਿੰਨਾ ਉੱਤਰ ਆ ਜਾਊਗੀ 5 ਸੀ ਆਪਸ਼ਨ ਸਹੀ ਆਜੂਗੀ 5 ਨੈਕਸਟ ਪ੍ਰਸ਼ਨ ਹੈ 5 ਦੀ ਪਾਵਰ -4 5 ਦੀ ਪਾਵਰ -5 ਆਧਾਰ ਬਰਾਬਰ ਨੇ ਕਾਟ ਤਨਗੀ ਹੋ ਜੂਗਾ ਜੋੜ ਮਤਲਬ 5 ਦੀ ਪਾਵਰ ਕਿੰਨਾ ਬਣ ਜੂ ਹੈ -9 ਕਿਹੜੀ অপਸ਼ਨ ਸੀ ਨੈਕਸਟ ਪ੍ਰਸ਼ਨ ਆ ਸਾਡਾ ਅਗਲਾ ਪ੍ਰਸ਼ਨ 0.00075 ਦਾ ਮਿਆਰੀ ਸਟੈਂਡਰਡ ਫਾਰਮ ਦੱਸਣੀ ਹੈ ਵੀ ਇਹਦੀ ਤਾਂ ਤਾਂ ਦੇਖੋ ਫਿਰ ਜੇ ਅਸੀਂ 7 ਦੇ ਬਾਅਦ ਦਸ਼ਮਲ ਬਲਾ ਦਈਏ ਮਤਲਬ 7.5 ਤਾਂ ਇਤ ਦਾ ਕਿੰਨੇ ਅੰਕ ਹੋਗੇ 4 ਤਾਂ ਦਾ ਦੀ ਘਾਤੇ ਕਿੰਨੀ ਬਣ ਜੂਗੀ ਮਾਈਨਸ 4 ਬਣ ਜੂਗੀ ਠੀਕ ਹੈ ਤਾਂ ਕਿਹੜੀ ਆਪਸ਼ਨ ਸਹੀ ਬਣੂਗੀ ਸਹੀ ਆਪਸ਼ਨ ਨੈਕਸਟ ਪ੍ਰਸ਼ਨ ਇਹਦਾ ਸੁਧਾਰਨ ਰੂਪ ਮਤਲਬ ਇਹਨਾਂ ਦੇ ਵਿੱਚੋਂ ਕਿਹੜਾ ਜਿਹੜਾ ਕਿਹੜਾ ਹੈਗਾ ਜਿਹਨੂੰ ਅਸੀਂ ਐਵੇਂ ਲਿਖ ਸਕਦੇ ਹਾਂ ਠੀਕ ਹੈ ਤਾਂ ਕਿਹਨੂੰ ਲਿਖ ਸਕਦੇ ਆ ਇਹਨੂੰ ਲਿਖ ਸਕਦੇ ਨੇ ਇਹਨੂੰ ਕਿਵੇਂ ਲਿਖਾਂਗੇ 1.7 ਮਤਲਬ ਕਿੰਨੇ ਅੱਖਰ ਛੱਟ ਤੇ 3 ਗੁਣਾ ਦਾ ਦੀ ਘਾਤ ਮਾਈਨਸ 10 ਤਾਂ ਬੀ ਆਪਸ਼ਨ ਇਹਦੇ ਲਈ ਸਹੀ ਆ ਜੂਗੀ ਨੈਕਸਟ 4/5 ਦੀ ਪਾਵਰ -3 4/5 ਦੀ ਪਾਵਰ -3 ਪਾਵਰ ਮਾਈਨਸ ਦੀ ਇਹਨੂੰ ਪਲੱਸ ਕਰਾਂਗੇ ਪਹਿਲਾਂ ਤਾਂ ਉਲਟਾ ਦਾਂਗੇ ਮਤਲਬ 5/4 ਦੀ ਪਾਵਰ 3 ਤਾਂ 5/4 ਦੀ ਪਾਵਰ 3 ਮਤਲਬ 5 ਨੂੰ ਵੀ 3 ਵਾਰ ਖੋਲ ਦੋ ਤੇ 4 ਨੂੰ ਵੀ 3 ਵਾਰ ਖੋਲ ਦੋ 5 5 5 125 4 4 4 64 125/64 ਪਹਿਲੀ ਆਪਸ਼ਨ आठ ए बी माइनस छे बी के गुण बनाओ फैक्टराइज आठ ए माइनस छे बी ठीक है तो ये देखो इन्होंने की, की समझा चार दूनी अठ हों मैं इतना लिख रहा गुण फंड बना तीन दूनी छे होंगे तो की बार आऊगा भी एक तो दो आ, एक बी है दो भी बार आजूगा एक बी आ एक दो है दोनों च एक दो मतलब की बच चार एच जूगा तीन दो बी चार ए माइनस तीन जो बी ऑप्शन सही आ आजूगी ठीक है भाग करनी है नहीं, बहुत सिंपल है बहत्तर पी क्यू दो आर दी दिन बारह क्यू आर दी दो तो बारह 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 शिका बहत्तर ये तो हो गया क्यों पहला तो हम लिख रहा भी छे रह गया उपर एक पी रह गया हूँ किऊ ऊपर दो नीचे कट एक है घट एक ही रह जूगी ਆਰ ਆ ਜਿਹੜੀ ਉੱਪਰ ਦਨ ਨੇ نیچے ਦੋ ਨੇ ਮਤਲਬ ਆਰ ਵੀ ਇੱਕ ਰਹਿ ਜੂ ਆਨਸਰ ਕਿੰਨਾ ਆ ਜੂਗਾ 6 p q r ਪਹਿਲੀ ਆਪਸ਼ਨ ਨੈਕਸਟ 81x ਦੀ 2 ਮੈਨਸ 64 ਦੇ ਗੁਣਖੰਡ ਬਣਾਓ 81x ਦੀ 2 ਮੈਨਸ 64 ਦੇ ਗੁਣਖੰਡ ਬਣਾਓ ਠੀਕ ਹੈ a ਦੀ 2 b ਦੀ 2 ਵਾਲਾ ਫਾਰਮੂਲਾ ਲਾਵਾਂਗੇ 9 9 81 ਹੁੰਦਾ ਤੈਨੂੰ ਅਸੀਂ ਲਿਖਾਂਗੇ 9x ਦੀ 2 9 9 81 x ਦੀ 2 64 ਨੂੰ ਕੀ ਲਿਖਾਂਗੇ 8 ਦੀ 2 8 8 64 ਹੁੰਦਾ a ਦੀ 2 b ਦੀ 2 ਕਿਹਦੇ ਬਰਾਬਰ ਹੁੰਦਾ ਪੁੱਤ a b a b 9x 8 9x 8 ਠੀਕ ਹੈ ਜਿਹੜੀ অপਸ਼ਨ c ਨੈਕਸਟ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਇਹਨਾਂ ਦਾ ਕਿ ਸਾਂਝਾ ਗੁਣਖਾੜਾ ਕਾਮਨ ਫੈਕਟਰ ਹੋਸੀ ਦੱਸਣਾ ਇਹਦੇ ਵਿੱਚ ਚਲੋ ਕਿਹੜਾ ਕਿਹੜਾ ਇੱਕ ਤਾਂ 2 ਆਉਂਦਾ ਸਾਰਿਆਂ 'ਚ ਵੀ 12 2 24 ਹੁੰਦੀ ਹੈ 6 2 12 ਹੁੰਦੀ ਹੈ 2 ਪਹਿਲੇ ਚ ਹੈ ਗਈ ਹੈ ਇੱਕ ਸਾਰਿਆਂ 'ਚ x ਹੁੰਦੀ ਹੈ ਇੱਕ ਹੁੰਦੀ ਹੈ ਵੀ ਵਾਈ ਸਾਰਿਆਂ ਚ ਜੈਡ ਆ ਜਿਹੜੀ ਉਹ ਸਾਰਿਆਂ ਚ ਨਹੀਂ ਆਉਂਦੀ ਤਾਂ ਨਵੇਂ ਸਾਂਝਾ ਫੈਕਟਰ ਆ ਜਿਹੜਾ ਉਹ ਕੀ ਹੈ 2x y ਵੀ ਆਪਸ਼ਨ ਸਹੀ ਹੈ ਜੇਕਰ 73z2 ਤਿੰਨ ਦਾ ਗੁਣਜ ਹੈ z ਇੱਕੰਕ ਤਾਂ z ਦਾ ਮੁੱਲ ਕੀ ਹੈ what is the value of z 73z2 ਇਹਦੇ ਅੰਕਾਂ ਦਾ ਜੋੜ ਕਰ ਲਈਏ ਜੀ ਅਸੀਂ 7 ਤੇ 3 ਨੂੰ 10 ਤੇ 2 12 z ਹੁਣ ਜੱਡ ਨੂੰ ਅਸੀਂ ਕੀ ਭਰੀਏ ਵੀ ਤਿੰਨ ਨੰਡਾ ਜਾਵੇ ਜੇ ਅਸੀਂ ਤਿੰਨ ਭਰ ਦਈਏ ਵਾਰੋਤੀਆ ਆ 12 ਤੇ 15 ਵੀ ਵੰਡਿਆ ਜਾਊ ਪਰ ਤਿੰਨ ਆਪਸ਼ਨ ਚ ਨਹੀਂ ਜੇ ਅਸੀਂ 6 ਭਰ ਦਈਏ 18 18 ਵੀ ਵੰਡਿਆ ਜਾਊ ਤਾਂ ਕੀ ਆਊਗਾ ਇਹਦੇ ਵਿੱਚ 6 ਆਊ ਗੁਣ ਘਣ ਬਣਾਉਗੀ 2x ਦੀ 2 ਦਾ 98 2x ਦੀ 2 ਦਾ 98 ਪਹਿਲਾਂ ਤਾਂ ਅਸੀਂ ਦੋ ਸਾਂਝਾ ਕੱਢ ਲਓ ਵਾਰ ਵਜ ਕੀ ਵਗੈਰ x ਦੀ 2 49 2 98 ਹੁੰਦਾ ਹੈ ਅੱਗੇ ਫਿਰ a ਦੀ 2 b ਦੀ 2 ਵਾਲਾ ਬਣਾਵਾਂਗੇ x ਦੀ 2 7 ਦੀ 2 ਹੈ ਨਾ 7 7 49 ਹੁੰਦੇ ਆ ਤਾਂ a ਦੀ 2 b ਦੀ 2 ਮਤਲਬ a b a b ਇਹ ਬਣ ਕੇ ਕੋਣ ਖੜਾ 2x 7 x 7 ਕਿਹੜਾ d অপਸ਼ਨ ਇਹ ਲਿਖਿਆ ਵਿੱਚੋਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਇਸ ਨੂੰ ਭਾਗ ਕਰੇਗੀ ਤਾਂ ਜੇ ਅਸੀਂ 9 ਨਾਲ ਚੈੱਕ ਕਰਨਾ ਤਾਸੀ ਇਹਦੇ ਅੰਕਾਂ ਦਾ ਜੋੜ ਕਰ ਲਾਂਗੇ ਅੰਕਾਂ ਦਾ ਜੋੜ ਕਰੋ ਇਸ ਦੇ ਅੰਕਾਂ ਦਾ ਸਾਰਾ ਦਾ ਜੋੜ ਕਰ ਲੈਨੇ ਆਪਾਂ 3 ਤੇ 3 6 ਤੇ 4 10 ਤੇ 5 15 ਤੇ 6 21 ਤੇ 7 28 28 ਤੇ 8 36 36 ਤੇ 9 45 45 ਆ ਜਿਹੜਾ 9 ਤੇ ਵੰਡਿਆ ਜਾਂਦਾ ਕਿਉਂਕਿ 9 5 45 ਹੁੰਦੀ ਹੈ ਜੇ ਸੰਖਿਆ ਦਾ ਜੋੜ ਅੰਕਾਂ ਦਾ ਜੋੜ 9 ਤੇ ਵੰਡਿਆ ਜਾਵੇ ਤਾਂ ਸੰਖਿਆ ਵੀ 9 ਤੇ ਵੰਡੀ ਜਾਏਗੀ मतलब क्वेश्चन किसान भाग होगी भी यह नौ, नौ 101 का मतलग, 101 का मतलग, एक सौ एक दो मतलब एक सौ एक दो मतलब सौ प्लस एक की दो ए प्लस बी की दो मतलब सौ दी दो प्लस दो ए बी ठीक है मतलब दो सौ प्लस एक मतलब सौ दी दो प्लस दो सौ प्लस एक ਮਤਲਬ a ਬਨੂ 100 ਦੀ 2 2 100 1 d ਆਪਸ਼ਨ ਜਿਹੜੇ ਦਸ਼ਮਕ ਕਿਹੜਾ ਯੂਜ਼ ਕੀਤਾ ਸੀ ਇਹ ਵਾਲਾ a b ਦੀ 2 a ਦੀ 2 2ab b ਦੀ 2 ਇਹ ਵਾਲਾ ਠੀਕ ਹੈ ਜਿਸ ਦਾ ਤੁਹਾਡਾ ਮਾਡਲ ਟੈਸਟ ਪੇਪਰ ਰਿਵੀਜ਼ਨ ਪੇਪਰ 8ਵੀਂ ਜਮਾਤ ਲਈ ਜਿਹੜਾ ਕਿ ਤੁਹਾਡੇ ਕੱਲ ਵਾਲੇ ਪੇਪਰ ਚ ਕੰਮ ਆਊਗਾ ਤੇ ਤੁਸੀਂ ਅਗਰ ਕੋਈ ਤੁਹਾਨੂੰ ਨੋਟ ਕਰਨ ਲਾਇਕ ਇਸ ਦੇ ਵਿੱਚ ਲੱਗਦਾ ਉਹਨੂੰ ਨੋਟ ਕਰ ਲੈਣਾ ਤੇ ਆਪਣੀ ਵਧੀਆ ਢੰਗ ਨਾਲ ਤਿਆਰੀ ਕਰਨੀ ਹੈ थैंक यू ਬੇਟਾ